ਤੋਂ ਸਾਡੇ ਨਾਲ ਇਸ ਵੇਲੇ ਸਾਡੇ ਮਿਨਿਸਟਰ ਆਫ ਇੰਡਸਟਰੀਜ਼ ਨਵਦੀਪ ਬੈਂਸ ਸਾਡੇ ਨਾਲ ਜੁੜੇ ਹੋਏ ਹੈ ਔਰ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਜੋ ਵਿਪਤਾ ਹੈ ਨਾ ਸਿਰਫ ਸਾਡੇ ਇਸ ਮੁਲਕ ਦੇ ਉੱਤੇ ਬਲਕਿ ਸਮੁੱਚੇ ਸੰਸਾਰ ਦੇ ਉੱਤੇ ਐਸੇ ਸਮੇਂ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਕੋਈ ਸਰਕਾਰ ਇਸ ਹੱਦ ਤੱਕ ਤਿਆਰ ਸੀ ਕਿ ਇਹ ਵੀ ਸਮਾਂ ਦੇਖਣਾ ਪਏਗਾ। ਸੋ ਇਸ ਵੇਲੇ ਜਦੋਂ ਕਿ ਬੜੀ ਜਲਦੀ ਜਲਦੀ ਬਹੁਤ ਅਹਿਮ ਫੈਸਲੇ ਸਰਕਾਰ ਵੱਲੋਂ ਲਏ ਜਾ ਰਹੇ ਹੈ ਤਾਂ ਐਸੇ ਸਮੇਂ ਦੇ ਵਿੱਚ ਨਵਦੀਪ ਹੋਰਾਂ ਦੀ ਜਿਹੜੀ ਜ਼ਿੰਮੇਵਾਰੀ ਅਸੀਂ ਅੰਡਰਸਟੈਂਡ ਕਰਦੇ ਹਾਂ ਕੈਬਨਿਟ ਦੇ ਵਿੱਚ ਬਹੁਤ ਜ਼ਿਆਦਾ ਹੈ ਤਾਂ ਥੋੜ੍ਹਾ ਜਿਹਾ ਸਮਾਂ ਮਿਲਿਆ ਇਹਨਾਂ ਨਾਲ ਗੱਲਬਾਤ ਕਰਨ ਦਾ। ਕੁਛ ਬਹੁਤ ਇੰਪੋਰਟੈਂਟ ਇਸ਼ੂਜ਼ ਜਿਹੜੇ ਆ ਕਮਿਊਨਿਟੀ ਨਾਲ ਰਿਲੇਟਡ ਉਹ ਅਸੀਂ ਇਹਨਾਂ ਨਾਲ ਕਰਨ ਜਾ ਰਹੇ ਹਾਂ। ਨਵਦੀਪ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ, ਰਜਿੰਦਰ ਸਾਹਿਬ ਆਪਣੇ ਸਾਰੇ ਪ੍ਰਵਾਸੀ ਰੇਡੀਓ ਦੇ ਲਿਸਨਰ ਨੂੰ ਜੀ। ਆਈ ਅੰਡਰਸਟੈਂਡ ਡੇ ਐਂਡ ਨਾਈਟ ਕੰਮ ਚੱਲ ਰਿਹਾ ਹੈ ਔਰ ਜਿੰਨੀ ਜਿੰਨੀ ਇਹ ਮੁਸ਼ਕਲ ਵੱਧ ਰਹੀ ਹੈ ਸਰਕਾਰ ਦੇ ਲਈ ਡਿਸੀਜ਼ਨ ਬੜੀ ਜਲਦੀ ਜਲਦੀ ਲੈਣੇ ਜ਼ਰੂਰੀ ਹੋ ਗਏ ਹੈ, ਪਰ ਐਸੇ ਸਮੇਂ ਦੇ ਵਿੱਚ ਨਵਦੀਪ ਬਹੁਤ ਅੱਛੇ ਹੁਣ ਡਿਸੀਜ਼ਨ ਆਉਣੇ ਤਾਂ ਸ਼ੁਰੂ ਹੋ ਗਏ ਹੈ, ਲੇਕਿਨ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਅਜੇ ਕਲੈਰੀਫਿਕੇਸ਼ਨ ਨਹੀਂ ਆ ਰਹੀਆਂ। ਫੋਰ ਐਗਜ਼ਾਮਪਲ 6 ਮਹੀਨੇ ਦਾ ਜਿਹੜਾ ਡੈਫਰਲ ਹੈ ਮੌਰਗੇਜ ਦਾ, ਬੈਂਕਾਂ ਵੱਲੋਂ ਅਜੇ ਕੋਈ ਸਹੀ ਪਿਕਚਰ ਲੋਕਾਂ ਨੂੰ ਨਹੀਂ ਦੱਸੀ ਜਾ ਰਹੀ। 40,000 ਤੁਸੀਂ ਅਨਾਊਂਸ ਕੀਤਾ ਹੈ ਸਮਾਲ ਸਕੇਲ ਬਿਜ਼ਨਸ ਵਾਸਤੇ, ਬੈਂਕਾਂ ਵੱਲੋਂ ਦੇਵੇਗਾ, ਗੌਰਮੈਂਟ ਵੱਲੋਂ ਗਰੰਟਿਡ ਲੋਨ ਹੋਏਗਾ, ਉਹਦੀ ਵੀ ਕਲੈਰੀਫਿਕੇਸ਼ਨ ਬਾਕੀ ਹੈ। 75% ਜਿਹੜਾ ਵੇਜਿਸ ਦੇ ਵਿੱਚ ਬਹੁਤ ਵੱਡਾ ਇੱਕ ਇੰਪਲੋਇਰ ਵਾਸਤੇ ਬੈਨੀਫਿਟ ਹੈ, ਉਹਦੇ ਬਾਰੇ ਵੀ ਕਲੈਰੀਫਿਕੇਸ਼ਨ ਅਜੇ ਬਾਕੀ ਹੈ। ਸੋ ਬੜੀ ਫਾਸਟ ਜਿਹੜੀਆਂ ਡਿਸੀਜ਼ਨ 'ਤੇ ਆ ਰਹੇ ਹੈ, ਅਨਾਊਂਸਮੈਂਟਸ ਹੋ ਰਹੀਆਂ, ਲੇਕਿਨ ਅਜੇ ਪ੍ਰੋਪਰ ਥੱਲੇ ਤੱਕ ਉਹ ਕਨਵੇ ਨਹੀਂ ਹੋ ਰਹੀਆਂ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹਾਂ ਵੀਰ ਜੀ ਕਿ ਜਿਹੜੇ ਅਸੀਂ ਡਿਸੀਜਨ ਲੈ ਰਹੇ ਹਾਂ ਬੜੀ ਤੇਜ਼ੀ ਦੇ ਨਾਲ ਲੈ ਰਹੇ ਹਾਂ, ਬੜੇ ਫਾਸਟ ਆ। ਇਹਦਾ ਕਾਰਨ ਬੜਾ ਸਿੰਪਲ ਆ, ਸਾਡਾ ਫਰਜ਼ ਬਣਦਾ ਆ ਐਜ਼ ਅ ਗਵਰਨਮੈਂਟ ਟੂ ਪ੍ਰੋਵਾਈਡ ਸਟੈਬਿਲਿਟੀ ਕੰਫੀਡੈਂਸ, ਤੇ ਜਿਹੜੇ ਲੋਕਾਂ ਦੇ ਜੋਬਸ ਆ, ਜਿਹੜੇ ਲੋਕਾਂ ਦੇ ਬਿੱਲਸ ਆ, ਜਿਹੜੇ ਲੋਕਾਂ ਦੇ ਕੰਸਰਨਸ ਆ ਕਿ ਆਪਣੀ ਰੈਂਟ ਕਿੱਦਾਂ ਦੇਣਾ, ਮੋਰਗੇਜ ਕਿੱਦਾਂ ਕਰਨੀ ਪੂਰੀ, ਉਹ ਜਿਹੜੇ ਇਸ਼ੂਜ਼ ਆ ਅਸੀਂ ਉਹਨਾਂ ਨੂੰ ਕੁਇਕਲੀ ਐਡਰੈਸ ਕਰਨਾ ਚਾਹੁੰਦੇ ਹਾਂ, ਤਾਂ ਕਰਕੇ ਇਹ ਅੱਗੇ ਅਸੀਂ ਪਾਲਿਸੀਜ਼ ਲਿਆਂਦੀਆਂ ਆ। ਤੁਸੀਂ ਹੁਣ ਐਗਜ਼ਾਮਪਲ ਦਿੱਤਾ ਆ ਵੇਜ ਸਬਸਿਡੀ ਦਾ, 75% ਵੇਜਿਸ ਅਸੀਂ ਦੇਣ ਨੂੰ ਤਿਆਰ ਹਾਂ। ਕੈਨੇਡਾ ਚਾਈਲਡ ਬੈਨੀਫਿਟ ਅਸੀਂ $300 ਪਰ ਬੱਚੇ ਦਾ ਵਧਾਇਆ ਆ। ਅਸੀਂ ਸੀਨੀਅਰਸ ਲਈ ਵੀ ਪ੍ਰੋਵੀਜ਼ਨ ਲਿਆਂਦੇ ਆ, ਜਿਹੜੇ ਉਹਨਾਂ ਨੂੰ ਰਜਿਸਟਰਡ ਰਿਟਾਇਰਮੈਂਟ ਫੰਡ ਆ ਉਹਦੀ ਜਿਹੜੀ ਢਾਈ ਇੰਪਲੋਇਮੈਂਟ ਇੰਸ਼ੋਰੈਂਸ। ਪਰ ਜਿਹੜੇ ਤੁਸੀਂ ਐਗਜ਼ਾਮਪਲ ਦਿੱਤੇ ਆ ਬੈਂਕਸ ਦੇ ਨਾਲ, ਜਿਹੜਾ $40,000 ਇੰਟਰਸਟ ਫ੍ਰੀ ਲੋਨ ਮਿਲੇ ਆ ਜਿਸ ਦੇ ਨਾਲ ਲੋਕ ਆਪਣਾ ਸਪੋਰਟ ਕਰ ਸਕਦੇ, ਸਪੈਸ਼ਲੀ ਸਮਾਲ ਬਿਜ਼ਨਸ ਖਰਚੇ ਨੂੰ ਸਪੋਰਟ ਕਰ ਸਕਦੇ ਆ ਜੀ। ਇਹ ਅਸੀਂ ਬੈਂਕਸ ਨਾਲ ਕੰਮ ਕਰ ਰਹੇ ਹਾਂ। ਇਹ ਕਦੀ ਕਦੀ ਜੇ ਦੇਖੀ ਜਾਵੇ ਹਿਸਟੋਰੀਕਲੀ ਟੇਕਸ ਮੰਥਸ ਟੂ ਇੰਪਲੀਮੈਂਟ, ਅਸੀਂ ਦਿਨਾਂ ਚ ਕੋਸ਼ਿਸ਼ ਕਰ ਰਹੇ ਹਾਂ। ਸੋ ਵੀ ਰੈਕਗਨਾਈਜ਼ ਕਿ ਦੇਰ ਇਜ਼ ਗੋਇੰ ਟੂ ਬੀ ਅ ਡਿਲੇ ਇਨ ਦਾ ਡੀਟੇਲਸ ਐਂਡ ਦਾ ਡਿਲੇ ਅ ਲਿਟਲ ਬਿਟ ਇਨ ਸਮ ਆਫ ਦੀ ਇੰਪਲੀਮੈਂਟੇਸ਼ਨ ਫਰੋਮ ਦੀ ਅਨਾਊਂਸਮੈਂਟ, ਪਰ ਫੇਰ ਵੀ ਓਵਰਆਲ ਜੇ ਦੇਖਿਆ ਜਾਵੇ ਸਾਡੀ ਪੂਰੀ ਕੋਸ਼ਿਸ਼ ਆ, ਜਿਹੜੇ ਸਾਡਾ ਪਬਲਿਕ ਸਰਵਿਸ ਆ, ਸਾਡੇ ਜਿਹੜੇ ਡਿਫਰੈਂਟ ਲੈਵਲ ਆਫ ਗਵਰਨਮੈਂਟ ਆ, ਦਿਨ ਰਾਤ ਇਹ ਚੀਜ਼ ਤੇ ਕੰਮ ਕਰ ਰਿਹਾ ਜੀ। ਜਿਹੜਾ ਮੌਰਗੇਜ ਦੀ ਡੈਫਰਲ ਹੈ ਬਹੁਤ ਚੰਗੀ ਅਨਾਊਂਸਮੈਂਟ ਹੈ ਨਵਦੀਪ, ਉਹਦੇ ਬਾਰੇ ਥੋੜਾ ਹੋਰ ਐਡ ਅਪ ਕਰੋਗੇ, ਸਾਨੂੰ ਕੁਝ ਕਲੈਰੀਫਾਈ ਕਰੋਗੇ? ਹਾਂਜੀ, ਬੇਸਿਕਲੀ ਅਸੀਂ ਇਹ ਕਹਿ ਰਹੇ ਹਾਂ ਕਿ ਜਿਹਨਾਂ ਦੀ ਕੋਈ ਮੌਰਗੇਜ ਹੈ ਦੇਣ ਨੂੰ ਕਿ ਉਹ ਡਿਫਰ ਕਰ ਸਕਣ, ਅਸੀਂ ਬੈਂਕਸ ਨਾਲ ਅਰੇਂਜਮੈਂਟ ਇਹ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਲੋਕ ਜਿਹਨਾਂ ਦੇ ਬਿਜ਼ਨਸ ਵੀ ਆ, ਫੋਰ ਐਗਜ਼ਾਮਪਲ $40,000 ਉਹ ਆਪਣੇ ਇੰਟਰਸਟ ਫ੍ਰੀ ਲੋਨ ਵੀ ਲੈ ਸਕਦੇ ਆ, ਤੇ ਜੇ ਉਹ ਆਪਣੇ ਲੋਕਾਂ ਨੂੰ ਪੇਰੋਲ ਤੇ ਰੱਖਦੇ ਆ $10,000, ਉਹ ਜਿਹੜਾ ਪ੍ਰਿੰਸੀਪਲ ਵਿੱਚੋਂ ਵੀ ਮਾਫ਼ ਕੀਤਾ ਜਾ ਸਕਦਾ ਹੈ ਪਲੱਸ ਨੋ ਇੰਟਰਸਟ। ਸੋ ਏਦਾਂ ਦੀ ਐਗਜ਼ਾਮਪਲ ਹੈ ਜਿਸ ਦੇ ਨਾਲ ਅਸੀਂ ਡਾਇਰੈਕਟ ਕੈਸ਼ ਲੋਕਾਂ ਨੂੰ ਇਹ ਲੋਕਾਂ ਦੇ ਬਿਜ਼ਨੈਸਿਸ ਲੈ ਦੇ ਰਹੇ ਹਾਂ ਜੀ। ਇੱਕ $2,000 ਉਸ ਬੰਦੇ ਨੂੰ ਦੇਣਾ ਜਿਹਦੀ ਜੋਬ ਚਲੀ ਗਈ ਜਾਂ ਕੋਈ ਸੈਲਫ ਇੰਪਲੋਇਡ ਹੈ, ਉਹਦਾ ਵਰਕ ਲੂਜ਼ ਹੋ ਗਿਆ, ਇਹ ਵੀ ਇੱਕ ਬੜੀ ਅੱਛੀ ਅਨਾਊਂਸਮੈਂਟ ਹੈ, ਇਹਦੇ ਬਾਰੇ ਵੀ ਥੋੜਾ ਕਲੈਰੀਫਾਈ ਕਰੋ। ਸੋ ਜਿਹੜੀ ਸਾਡੀ ਇਕਾਨਮੀ ਹੈ, ਕਾਫੀ ਲੋਕ ਆ ਜਿਹੜੇ ਕੰਟਰੈਕਟ ਕੰਮ ਕਰਦੇ ਆ, ਸੈਲਫ ਇੰਪਲੋਇਡ ਆ, ਜਿੱਦਾਂ ਤੁਸੀਂ ਕਿਹਾ ਆ ਜਾਂ ਗਿਗ ਇਕਾਨਮੀ ਦੇ ਮੈਂਬਰ ਆ, ਉਹਨਾਂ ਲਈ ਅਸੀਂ $2,000 ਪਰ ਮੰਥ ਦੇ ਕੈਨੇਡਾ ਐਮਰਜੈਂਸੀ ਰਿਸਪੋਂਸ ਬੈਨੀਫਿਟ ਆ ਜਿਸ ਦੇ ਨਾਲ ਉਹਨਾਂ ਨੂੰ ਮਿਲੂਗਾ ਐਵਰੀ ਮੰਥ ਫੋਰ 3 months, ਐਂਡ ਉਹਨੂੰ ਅਸੀਂ ਐਕਸਟੈਂਡ ਕਰਨ ਵੀ ਤਿਆਰ ਹੋਵਾਂਗੇ ਜੇ ਇਦਾਂ ਦੇ ਹਾਲਾਤ ਬਣ ਗਏ, ਪਰ ਉਹ ਡਾਇਰੈਕਟਲੀ ਪੈਸਾ ਲੋਕਾਂ ਨੂੰ ਮਿਲ ਸਕਦਾ ਹੈ। ਜੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਨਾ ਚਾਹੁੰਦੇ ਆ, ਮੈਂ ਰਿਕੁਐਸਟ ਕਰਦਾ ਗੋ ਟੂ ਦਾ ਕੈਨੇਡਾ ਰੈਵਨਿਊ ਏਜੰਸੀ ਜਿੱਥੇ ਤੁਸੀਂ ਆਪਣਾ ਅਕਾਊਂਟ ਖੋਲੋ, ਤਾਂ ਤੁਹਾਨੂੰ ਕੁਇਕਲੀ ਡਿਪੋਜ਼ਿਟ ਕਰ ਸਕਦੇ ਹੋ ਪੈਸੇ ਜਦੋਂ ਇਹ ਪ੍ਰੋਗਰਾਮ ਨੂੰ ਅਸੀਂ ਲਾਗੂ ਕਰੋਗੇ ਜੀ। ਇੱਕ ਇਹ ਵੀ ਬੜੀ ਅੱਛੀ ਅਨਾਊਂਸਮੈਂਟ ਹੈ, ਜਿਹੜਾ GST ਡਿਊ ਸੀਗਾ ਉਹ ਡੈਫਰਲ ਕਰ ਦਿੱਤਾ ਗਿਆ 30 ਜੂਨ ਤੱਕ। ਹਾਂਜੀ, ਦੈਟਸ ਰਾਈਟ, ਜਿਹੜਾ GST ਐਂਡ HST ਆ ਉਹ ਇੰਡੀਵਿਜੂਅਲ ਲਈ ਐਂਡ ਕੰਪਨੀਜ਼ ਲਈ ਅਸੀਂ ਡਿਫਰ ਕੀਤਾ ਆ, ਲਾਈਕ ਯੂ ਸੈਡ ਫੋਰ ਸੈਵਰਲ ਮੰਥ। ਔਰ ਇਹ ਹੁੰਦਾ ਹੈ ਕਿ ਜਿਹੜੇ ਲੋਕਾਂ ਨੇ ਪੈਸੇ ਦੇਣੇ ਸੀਗੇ ਜਾਂ ਉਹ ਕੈਸ਼ ਟ੍ਰਾਂਸਫਰ ਕਰਨੀ ਸੀਗੀ, ਹੁਣ ਲੋਕ ਰੱਖ ਸਕਦੇ ਆ
to pay for the groceries, again to pay for rent, the whole din de jehde kharche oh pure ho sakan ji. Acha ik badi vaddi is vele sade community de vich charcha hai jehde sade lok Punjab gaye hoye aa khaas taur de utte je aapa Punjabiyan di gal kariye ਹਜ਼ਾਰਾਂ ਦੀ ਗਿਣਤੀ ਵਿੱਚ ਗਏ ਹੋਏ ਆ ਇੱਕ ਮੋਟੇ ਐਸਟੀਮੇਟ ਦੇ ਮੁਤਾਬਕ 25,000 ਤੋਂ ਜ਼ਿਆਦਾ ਲੋਕ ਇਸ ਵੇਲੇ ਪੰਜਾਬ 'ਚ ਹੈਗੇ ਆ ਉੱਥੇ ਵੀ ਆਪਾਂ ਨੂੰ ਮੈਡੀਕਲ ਫੈਸਿਲਿਟੀਜ਼ ਦਾ ਪਤਾ ਹੈ ਪਿੱਛੇ ਪਰਿਵਾਰ ਬੈਠੇ ਹੈ ਉਹਨਾਂ ਦੀ ਚਿੰਤਾ ਹੈ ਸਰਕਾਰ ਨੇ ਬੜੇ ਵੱਡਾ ਇੱਕ ਫੈਸਲਾ ਕੀਤਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਿਆਂਦਾ ਜਾਵੇ ਸਪੈਸ਼ਲ ਚਾਰਟਰਡ ਫਲਾਈਟ ਸ਼ੁਰੂ ਹੋ ਰਹੀਆਂ ਕਾਫੀ ਕੁਛ ਇਹਦੇ 'ਚ ਹੋ ਚੁੱਕਾ ਹੈ ਲੇਕਿਨ ਅੱਜ ਪਤਾ ਲੱਗਾ ਕਿ $2,900 $3,000 ਪਰ ਪਰਸਨ ਵਨ ਵੇ ਦਾ ਉਹਨਾਂ ਨੂੰ ਇਹਦਾ ਜਿਹੜਾ ਕਿਰਾਇਆ ਭਰਨਾ ਪਏਗਾ ਇੱਕ ਤੇ ਲੋਕਾਂ ਦੇ ਇਹਦੇ ਵਿੱਚ ਹੈ ਕਿ ਦੇ ਆਰ ਨਾਟ ਏਬਲ ਟੂ ਅਫੋਰਡ ਚਾਰ ਬੰਦੇ ਪੰਜ ਬੰਦੇ ਛੇ ਛੇ ਬੰਦੇ ਵੀ ਫੈਮਿਲੀ ਦੇ ਗਏ ਹੋਏ ਆ $15,000-$20,000 ਵਾਲੇ ਅਚਾਨਕ ਕੱਢਣਾ ਇਸ ਵੇਲੇ ਉੱਥੇ ਬੜਾ ਮੁਸ਼ਕਲ ਹੋਏਗਾ ਔਰ ਦੂਸਰਾ ਮੋਸਟਲੀ ਜਿਹੜੇ ਪੰਜਾਬੀ ਹੈ ਉਹ ਅੰਮ੍ਰਿਤਸਰ ਦੇ ਨੇੜੇ ਤੇੜੇ 100 ਕਿਲੋਮੀਟਰ 1.5 ਕਿਲੋਮੀਟਰ 150 ਕਿਲੋਮੀਟਰ ਦੇ ਨੇੜੇ ਤੇੜੇ ਉਹਨੇ ਕੁ ਡਿਸਟੈਂਸ 'ਤੇ ਹੈਗੇ ਆ ਦਿੱਲੀ ਆਉਣਾ ਉਹਨਾਂ ਲਈ ਹਰਿਆਣਾ ਲੰਘ ਕੇ ਆਲ ਦਾ ਵੇ ਬਹੁਤ ਮੁਸ਼ਕਲ ਹੋ ਰਿਹਾ ਫਿਰ ਕੰਡੀਸ਼ਨ ਉੱਥੋਂ ਦੀ ਸਰਕਾਰ ਨੇ ਵੀ ਬੜੀਆਂ ਲਾਈਆਂ ਹੋਈਆਂ ਸਖਤ ਕੰਡੀਸ਼ਨਾਂ ਹੈ ਟਰੈਵਲ ਦੀਆਂ ਬੜੀਆਂ ਕੰਡੀਸ਼ਨਾਂ ਹੈ ਤੋ ਇਹ ਦੋ ਇਸ਼ੂਜ਼ ਨੂੰ ਪਲੀਜ਼ ਡੀਲ ਕਰੋ ਸੋ ਤੁਸੀਂ ਜਿਹੜੀ ਗੱਲ ਕਰਦੇ ਕੰਡੀਸ਼ਨਸ ਦੀਆਂ ਉਹ ਕਾਫੀ ਸਖਤ ਹਨ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਟਰੈਵਲ ਰਿਸਟ੍ਰਿਕਸ਼ਨਸ ਹੈਗੇ ਆ ਜਿਸ ਦੇ ਨਾਲ ਸਾਡੇ ਬੜਾ ਡਿਫਿਕਲਟ ਹੈ ਅਸੀਂ ਡਿਫਰੈਂਟ ਇਲਾਕਿਆਂ ਤੇ ਜਾ ਸਕੀਏ ਸੋ ਅਸੀਂ ਦੋ ਮੇਨ ਲੋਕੇਸ਼ਨ ਚੁਣੀਆਂ ਆਪਣੇ ਤੁਸੀਂ ਮੁੰਬਈ ਦੀ ਤੇ ਦਿੱਲੀ ਦੀ ਗੱਲ ਕੀਤੀਆਂ ਅਸੀਂ ਮੰਨਦੇ ਹਾਂ ਕਿ ਇਹਨਾਂ ਸਾਰੇ ਕਵਰ ਨਹੀਂ ਹੁੰਦੇ ਪਰ ਇਹ ਜ਼ਰੂਰੀ ਸੀਗਾ ਕਿ ਅਸੀਂ ਇਹ ਮਿਨੀਮਮ ਇਹ ਸਟੈਪ ਲਈਏ ਅਸੀਂ ਫਲਾਈਟ ਦੀ ਵੀ ਅਰੇਂਜਮੈਂਟ ਕੀਤੀ ਆ ਅਸੀਂ ਏਅਰਲਾਈਨ ਨਾਲ ਵੀ ਗੱਲਬਾਤ ਕਰ ਰਹੇ ਹਾਂ ਤੇ ਜਿਹੜੇ ਲੋਕਾਂ ਦੀ ਖਰਚਿਆਂ ਦੀ ਗੱਲ ਆਉਂਦੀ ਅਸੀਂ ਉਹਨਾਂ ਲਈ ਵੀ ਪ੍ਰੋਵੀਜ਼ਨ ਤਿਆਰ ਕੀਤਾ ਆ $5,000 ਪਰ ਪਰਸਨ ਇੱਕ ਪ੍ਰੋਗਰਾਮ ਤਿਆਰ ਕੀਤਾ ਜਿਸ ਦੇ ਨਾਲ ਉਹਨਾਂ ਨੂੰ ਰਿਲੀਫ ਵੀ ਮਿਲ ਸਕਦਾ ਆ ਇਹ ਸਾਰੀ ਇਨਫੋਰਮੇਸ਼ਨ ਜੇ ਤੁਸੀਂ ਜਾਣਦੇ ਆ canada.ca/coronavirus ਉੱਥੇ ਸਾਰੀ ਇਨਫੋਰਮੇਸ਼ਨ ਹੈਗੀ ਆ ਟਰੈਵਲ ਬਾਰੇ ਕਿੱਥੇ ਕਿੱਥੇ ਲੋਕ ਇੰਡੀਆ ਚ ਨੀ ਪਾਕਿਸਤਾਨ ਚ ਨੀ ਪਰ ਹੋਰ ਮੁਲਕਾਂ ਚ ਵੀ ਕਾਫੀ ਕੈਨੇਡੀਅਨ ਹੈਗੇ ਜਿਸ ਦੇ ਨਾਲ ਅਸੀਂ ਅਰੇਂਜ ਕਰੇ ਫਲਾਈਟ ਉਹਨਾਂ ਨੂੰ ਵਾਪਸ ਲਿਆਉਣ ਲਈ ਜੀ ਅੱਛਾ ਇਸ ਵੇਲੇ ਜਦੋਂ ਕਿ ਆਪਾਂ ਸਾਰੇ ਕਰੋਨਾ ਵਾਇਰਸ ਇਸ ਕ੍ਰਾਈਸਿਸ ਨਾਲ ਜੂਝ ਰਹੇ ਹਾਂ ਇਟ ਇਜ਼ ਵੈਰੀ ਅਨਫਾਰਚੂਨੇਟ ਕਿ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੇ ਉੱਤੇ ਇੱਕ ਵਾਰੀ ਫਿਰ ਤੋਂ ਬੜਾ ਦਹਿਸ਼ਤ ਭਰਿਆ ਹਮਲਾ ਹੋਇਆ ਔਰ 26 ਲੋਕ ਮਾਰੇ ਗਏ ਆ 10 ਲੋਕ ਜਿਹੜੇ ਉਸ ਵੇਲੇ ਜ਼ਖਮੀ ਹੈ ਅਸੀਂ ਲਗਾਤਾਰ ਉਹਨਾਂ ਨਾਲ ਜੁੜੇ ਹੋਏ ਹਾਂ ਇੰਟਰਵਿਊ ਕਰ ਰਹੇ ਹਾਂ ਮਨਮੀਤ ਭੁੱਲਰ ਫਾਊਂਡੇਸ਼ਨ ਬੜਾ ਅੱਛਾ ਕੰਮ ਕਰ ਰਹੀ ਹੈ ਕੱਲ੍ਹ ਰਾਤੀ ਨਵ ਭਾਟੀਆ ਸਾਹਿਬ ਜਿਹੜੇ ਸੁਪਰ ਫੈਨ ਰੈਪਟਰਸ ਉਹਨਾਂ ਨਾਲ ਮੇਰੀ ਲੰਬੀ ਗੱਲ ਹੋਈ ਸੋ ਕੁੱਲ ਮਿਲਾ ਕੇ ਨਵਦੀਪ ਨੈਟਸ਼ੈਲ 'ਚ ਇਹ ਹੈ ਕਿ ਉਹਨਾਂ ਬੰਦਿਆਂ ਨੂੰ ਲੋਕ ਮੰਗ ਕਰ ਰਹੇ ਕਿ ਰਾਈਟ ਵੇ ਕੈਨੇਡਾ ਲਿਆਂਦਾ ਜਾਵੇ ਜਿਸ ਤਰ੍ਹਾਂ ਬਾਕੀ ਸੀਰੀਅਨ ਜਾਂ ਹੋਰ ਰਿਫਿਊਜੀ ਲਿਆਂਦੇ ਗਏ ਆ ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਇਸ ਵੇਲੇ ਉਹ ਇਮੀਡੀਏਟਲੀ ਸੰਭਵ ਨਹੀਂ ਹੈ ਉਹਨਾਂ ਲੋਕਾਂ ਨੂੰ ਹੋ ਸਕਦਾ ਬੜੀ ਜਲਦੀ ਇੰਡੀਆ ਉੱਥੋਂ ਸ਼ਿਫਟ ਕਰ ਦਿੱਤਾ ਜਾਵੇ ਤਾਂ ਕਿ ਕਿਸੇ ਸਿਕਿਓਰ ਪਲੇਸ 'ਤੇ ਚਲੇ ਜਾਣ ਪਰ ਅਲਟੀਮੇਟਲੀ ਕੈਨੇਡੀਅਨ ਜਿਹੜੇ ਆਪਣੀ ਕਮਿਊਨਿਟੀ ਦੀ ਬੜੀ ਮੰਗ ਹੈ ਕਿ ਇਹਨਾਂ ਨੂੰ ਲੇਟਰ ਔਨ ਇੱਥੇ ਲਿਆਉਣ ਦੇ ਲਈ ਉਪਰਾਲੇ ਕੀਤੇ ਜਾਣ ਤੋ ਲੋਕ ਪ੍ਰਾਈਵੇਟਲੀ ਪਰਸਨਲ ਲੈਵਲ ਦੇ ਉੱਤੇ ਕਾਫੀ ਕੁਛ ਕਰ ਰਹੇ ਆ ਆਰਗਨਾਈਜੇਸ਼ਨ ਕਰ ਰਹੀ ਹੈ ਪਰ ਮੈਂ ਚਾਹੁੰਦਾ ਕਿ ਸਰਕਾਰ ਵੀ ਇਹਦੇ ਵਿੱਚ ਕੋਈ ਨਾ ਕੋਈ ਆਪਣਾ ਕਿਸ ਤਰ੍ਹਾਂ ਨਾਲ ਕੰਟਰੀਬਿਊਟ ਜ਼ਰੂਰ ਕਰੇ ਨਹੀਂ ਬਿਲਕੁਲ ਅਸੀਂ ਕਰ ਰਹੇ ਹਾਂ ਅਸੀਂ ਤੁਸੀਂ ਇਹ ਵੀ ਠੀਕ ਕਹਿ ਰਹੇ ਹਾਂ ਕਿ ਇੱਕਦਮ ਉਹਨਾਂ ਨੂੰ ਲਿਆਉਣਾ ਮੁਸ਼ਕਲ ਆ ਕਿਉਂਕਿ ਆ COVID-19 ਕਰਕੇ ਜਿਹੜੇ ਟਰੈਵਲ ਰਿਸਟ੍ਰਿਕਸ਼ਨ ਆ ਅਸੀਂ ਕੈਨੇਡਾ ਦੇ ਵਿੱਚ ਵੀ ਤੇ ਹੋਰ ਮੁਲਕਾਂ ਦੇ ਵਿੱਚ ਵੀ ਆ ਪਰ ਉਸ ਤੋਂ ਮੁਤਾਬਿਕ ਸਾਨੂੰ ਜ਼ਰੂਰ ਇਹ ਬਾਰੇ ਦੇਖਣਾ ਚਾਹੀਦਾ ਕਿ ਅਸੀਂ ਕਿੱਦਾਂ ਦੀ ਮਦਦ ਕਰ ਸਕੀਏ ਅਸੀਂ ਆਲਰੇਡੀ ਪਿਛਲੇ 3-4 ਸਾਲਾਂ 'ਚ ਹੋ ਗਏ ਅਸੀਂ ਭੁੱਲਰ ਫਾਊਂਡੇਸ਼ਨ ਨਾਲ ਕਾਫੀ ਰਲ ਮਿਲ ਕੇ ਕੰਮ ਕਰ ਰਹੇ ਹਾਂ ਤੇ ਇੱਥੇ ਕਾਫੀ ਰਿਫਿਊਜੀ ਲਿਆਂਦੇ ਆਲਰੇਡੀ ਕੈਨੇਡਾ ਦੇ ਵਿੱਚ ਜਿਹਨਾਂ ਨੂੰ ਉਸ ਪ੍ਰਾਈਵੇਟ ਸਪੋਂਸਰ ਕੀਤਾ ਗਿਆ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਭੁੱਲਰ ਫਾਊਂਡੇਸ਼ਨ ਨਾਲ ਕੰਮ ਕਰਕੇ ਜੇ ਸਾਨੂੰ ਮੌਕਾ ਮਿਲੇ ਅਸੀਂ ਹੋਰ ਵੀ ਲਿਆਉਣ ਨੂੰ ਤਿਆਰ ਹਾਂ ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਇੱਥੇ ਕਾਫੀ ਕੈਨੇਡੀਅਨ ਹੈਗੇ ਆ ਜਿਹੜੇ ਪੈਸੇ ਦੇਣ ਨੂੰ ਵੀ ਤਿਆਰ ਆ ਸਪੋਂਸਰ ਕਰਨ ਨੂੰ ਵੀ ਤਿਆਰ ਆ ਸੋ ਅਸੀਂ ਜ਼ਰੂਰ ਉਹਨਾਂ ਨਾਲ ਵੀ ਕੰਮ ਕਰੋਗੇ ਤਾਂ ਫਾਊਂਡੇਸ਼ਨ ਨਾਲ ਵੀ ਕੰਮ ਕਰੋ ਜੀ ਇੱਕ ਲਾਸਟ ਸਵਾਲ ਜਾਂਦੇ ਤੇ ਨਵਦੀਪ ਸਰਕਾਰ ਨੇ ਬਹੁਤ ਸਾਰੇ ਸੁਨੇਹੇ ਦਿੱਤੇ ਬਹੁਤ ਸਾਰੇ ਇੰਸਟਰਕਸ਼ਨਸ ਵੀ ਜਾਰੀ ਕੀਤੀਆਂ ਕਿ ਘਰਾਂ 'ਚ ਬੈਠੋ ਬਾਹਰ ਨਾ ਨਿਕਲੋ 14 ਦਿਨ ਲਈ 15 ਦਿਨ ਲਈ ਆਪਣੇ ਆਪ ਨੂੰ ਕੁਆਰੰਟਾਈਨ ਕਰੋ ਆਈਸੋਲੇਟ ਰੱਖੋ ਲੋਕ ਨਹੀਂ ਸੁਣ ਰਹੇ ਤੋ ਜਿਹੜੇ ਲੋਕ ਵੀ ਇਹ ਸਾਰਾ ਮਾਹੌਲ ਖਰਾਬ ਕਰ ਰਹੇ ਆ ਉਹਦਾ ਨਤੀਜਾ ਸ਼ਾਇਦ ਇਹ ਹੈ ਕਿ ਅੱਜ ਅਸੀਂ ਇੰਨੇ ਲਗਾਤਾਰ ਨੰਬਰ ਸਾਡੇ ਵੱਧ ਰਹੇ ਆ ਐਵਰੀ ਡੇ ਇਹ ਨੰਬਰ ਸਪਾਈਕ ਹੋ ਰਹੇ ਆ ਵੱਧ ਰਹੇ ਆ ਤੋ ਹੁਣ ਇੱਦਾਂ ਲੱਗਣ ਲੱਗ ਪਿਆ ਕਿ ਕਿਤੇ ਸਰਕਾਰ ਨੂੰ ਬਹੁਤ ਸਖਤ ਫੈਸਲਾ ਲੈ ਲੈਣਾ ਚਾਹੀਦਾ ਕਿ ਮੁਕੰਮਲ ਕੁਆਰੰਟਾਈਨ ਮੁਕੰਮਲ ਆਈਸੋਲੇਸ਼ਨ ਕਰਨੀ ਚਾਹੀਦੀ ਹੈ ਤਾਂ ਹੀ ਜਾ ਕੇ ਕਿਤੇ ਹੋ ਸਕਦਾ ਅਸੀਂ ਬਚ ਪਾਵਾਂਗੇ ਵਰਨਾ ਇਹਦੇ ਨਾਲ ਜਿੰਨਾ ਕੁ ਸਰਕਾਰ ਐਂ ਲੱਗ ਰਿਹਾ ਕਿ ਥੋੜ੍ਹਾ ਸੌਫਟ ਹੈ ਅਜੇ ਵੀ ਲੋਕਾਂ ਦੇ ਪ੍ਰਤੀ ਜਾਂ ਫਿਰ ਲੋਕਾਂ ਤੱਕ ਮੈਸੇਜ ਨਹੀਂ ਪਹੁੰਚ ਰਿਹਾ ਲੋਕ ਇਸ ਨੂੰ ਸਮਝ ਨਹੀਂ ਪਾ ਰਹੇ ਕਿ ਕਿੰਨਾ ਖਤਰਨਾਕ ਅਸੀਂ ਪਾਸੇ ਨੂੰ ਜਾ ਰਹੇ ਹਾਂ ਲੋਕ ਅਸੀਂ ਜਿਹੜੇ ਆਉਣ ਵਾਲੇ 2 ਹਫ਼ਤੇ ਬੜੇ ਕ੍ਰਿਟੀਕਲ ਹੋਣੇ ਆ
ਇਸ ਸਮੇਂ ਦੇ ਵਿੱਚ ਸਾਨੂੰ ਪਤਾ ਲੱਗ ਜੂਗਾ ਕਿ ਜਿਹੜੀ ਗ੍ਰਾਫ ਦੀ ਗੱਲ ਕਰਦੇ ਆ ਜਾਂ ਕਰਵ ਦੀ ਗੱਲ ਕਰਦੇ ਆ ਕਿ ਉਹਨੂੰ ਫਲੈਟਨ ਕੀਤਾ ਜਾਊਗਾ ਜਾਂ ਨਹੀਂ, ਜੇ ਉਹ ਨੰਬਰ ਘਟੋਗੇ ਜਾਂ ਨਹੀਂ. ਜੇ ਤਾਂ ਨੰਬਰ ਘਟੇ ਫਿਰ ਸਾਡੀ ਜਿਹੜੀ ਪੋਲਿਸੀਜ਼ ਆ, ਸਾਡੇ ਜਿਹੜੇ ਹੈਲਥ ਕੇਅਰ ਰੈਕਮੈਂਡੇਸ਼ਨ ਆ, ਸੈਲਫ ਆਈਸੋਲੇਸ਼ਨ ਬਾਰੇ, ਸੋਸ਼ਲ ਡਿਸਟੈਂਸਿੰਗ ਬਾਰੇ, ਇਹਦਾ ਕਾਫੀ ਪੋਜ਼ਿਟਿਵ ਅਸਰ ਹੋਊਗਾ. ਪਰ ਜੇ ਨਹੀਂ ਸਾਨੂੰ ਫਰਕ ਦਿਸਿਆ ਫਿਰ ਅਸੀਂ ਹੋਰ ਕਦਮ ਵੀ ਚੁੱਕਣ ਨੂੰ ਤਿਆਰ ਹਾਂ ਜੀ. ਅਸੀਂ ਡੇਟਾ ਨੂੰ ਦੇਖਦੇ ਹਾਂ, ਅਸੀਂ ਐਕਸਪਰਟਸ ਨਾਲ ਗੱਲ ਕਰਦੇ ਹਾਂ, ਅਸੀਂ ਸਾਇੰਸ ਨੂੰ ਦੇਖ ਰਹੇ ਹਾਂ, ਅਸੀਂ ਹਰ ਪੱਖੋਂ ਦੇਖ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਅਸੀਂ ਕਦਮ ਚੁੱਕਦੇ, ਜਿਹੜਾ ਵੀ ਸਟੈਪ ਅਸੀਂ ਲੈਂਦੇ ਹਾਂ ਉਹ ਪ੍ਰੋਪਰ ਢੰਗ ਨਾਲ ਲਈਏ. ਪਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹਾਂ, ਕਾਫੀ ਲੋਕ ਮਿਹਨਤ ਕਰ ਰਹੇ ਆ, ਕਾਫੀ ਲੋਕ ਇਸ ਚੀਜ਼ ਨੂੰ ਸੀਰੀਅਸ ਲੈ ਰਹੇ ਆ, ਤੇ ਕੋਈ ਲੋਕ ਇੱਦਾਂ ਦੇ ਵੀ ਹੈਗੇ ਜਿਹੜੇ ਨਹੀਂ ਹਜੇ ਸੀਰੀਅਸ ਲੈ ਰਹੇ. ਸੋ ਉਹਨਾਂ ਨੂੰ ਅਗੇਨ ਇਹ ਰਿਕੁਐਸਟ ਆ, ਜੇ ਤੁਸੀਂ ਆਪਣੇ ਖਾਤਰ ਨਹੀਂ, ਆਪਣੇ ਰਿਸ਼ਤੇਦਾਰਾਂ ਕਰਕੇ, ਆਪਣੇ ਇਲਾਕੇ ਕਰਕੇ, ਆਪਣੇ ਮੁਲਕ ਕਰਕੇ, ਜ਼ਰੂਰ ਘਰ ਰਹੋ, ਬਾਹਰ ਨਾ ਜਾਓ, ਟਰੈਵਲ ਨਾ ਕਰੋ, ਤੇ ਜੇ ਬਾਹਰ ਜਾਂਦੇ ਆ ਆਪਣਾ ਫਿਜ਼ੀਕਲ ਤੇ ਸੋਸ਼ਲ ਡਿਸਟੈਂਸ ਰੱਖੋ ਜੀ. ਨਵਦੀਪ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋ, ਲੇਕਿਨ ਸਮਾਂ ਕੱਢ ਕੇ ਕਾਫੀ ਇੰਪੋਰਟੈਂਟ ਗੱਲਾਂ ਕੀਤੀਆਂ ਸਾਡੇ ਨਾਲ, ਸਾਨੂੰ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ. ਥੈਂਕ ਯੂ ਸਰ. ਸਤਿ ਸ਼੍ਰੀ ਅਕਾਲ. ਥੈਂਕ ਯੂ ਸਰ. ਸਤਿ ਸ਼੍ਰੀ ਅਕਾਲ.